ਮੋਹਾਲੀ ਕੋਰਟ ਕੰਪਲੈਕਸ ਨੂੰ ਮੋਹਾਲੀ ਦੇ ਫੇਜ਼ 3B1 ਤੇ ਸੈਕਟਰ 77 ਚ ਤਬਦੀਲ ਹੋਏ ਇੱਕ ਸਾਲ ਤੋਂ ਵੀ ਅਧਿਕ ਸਮੇਂ ਬੀਤਣ ਵਾਲਾ ਹੈ ਪਰ ਹਜੇ ਤੱਕ ਕੋਰਟ ਦੇ ਅੰਦਰ ਬਣੀ ਬੇਸਮੈਂਟ ਪਾਰਕਿੰਗ ਨਹੀਂ ਖੋਲੀ ਗਈ ਅਤੇ ਨਾ ਹੀ ਅਜੇ ਤੱਕ ਵਕੀਲਾਂ ਦੇ ਬੈਠਣ ਦੇ ਲਈ ਬਣੇ ਚੈਂਬਰਾਂ 'ਚ ਬਿਜਲੀ ਅਤੇ ਪਾਣੀ ਦਾ ਸਹੀ ਪ੍ਰਬੰਧ ਕੀਤਾ ਗਿਆ। ਆਲਮ ਇਹ ਹੈ ਕਿ ਇੱਥੇ ਪਾਰਕਿੰਗ ਦੀ ਕੋਈ ਵਿਵਸਥਾ ਨਾ ਹੋਣ ਕਾਰਨ ਮੋਹਾਲੀ ਅਦਾਲਤ 'ਚ ਪ੍ਰੈਕਟਿਸ ਕਰਨ ਵਾਲੇ ਵਕੀਲਾਂ ਅਤੇ ਕੋਰਟ ਕਰਮਚਾਰੀਆਂ ਦੇ ਇਲਾਵਾ ਇੱਥੇ ਅਦਾਲਤ 'ਚ ਆਪਣੇ ਕੰਮ ਤੋਂ ਆਏ ਲੋਕ ਇਹਦੇ ਪੰਜਾਬ ਨਾਲ ਜੁੜਨ ਵਾਲੇ ਮੁੱਖ ਮਾਰਗ 'ਤੇ ਹੀ ਆਪਣੇ ਵਾਹਨ ਖੜ੍ਹੇ ਕਰ ਜਾਂਦੇ ਹਨ ਜਿਸ ਦੀ ਵਜ੍ਹਾ ਨਾਲ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸਾਨੂੰ ਇਹ ਜਿਹੜਾ ਨਵਾਂ ਜੁਡੀਸ਼ੀਅਲ ਕੰਪਲੈਕਸ ਆਇਆ, ਕੰਪਲੈਕਸ ਤੇ ਬਹੁਤ ਵਧੀਆ ਬਣਿਆ ਹੈ, ਲੇਕਿਨ ਇੱਥੇ ਨਾ ਤਾਂ ਸਾਡੇ ਵਕੀਲਾਂ ਦੇ ਵਾਸਤੇ ਬਿਜਲੀ ਦਾ ਕੋਈ ਅਰੇਂਜਮੈਂਟ ਹੈਗਾ, ਨਾ ਸਾਡੇ ਕੋਈ ਪਾਣੀ ਦਾ ਅਰੇਂਜਮੈਂਟ ਹੈ। ਸਭ ਤੋਂ ਵੱਡੀ ਪ੍ਰੋਬਲਮ ਹੈ, ਤੁਸੀਂ ਦੇਖ ਰਹੇ ਹੋ ਕਿ ਕਾਰਾਂ ਜਿੰਨੀਆਂ ਵੀ ਲਿਟੀਗੈਂਟ ਸੀ, ਐਡਵੋਕੇਟਸ ਆਉਂਦੇ ਨੇ, ਇਹ ਰੋਡ ਦੇ ਉੱਤੇ ਖੜ੍ਹਦੀਆਂ ਨੇ। ਇਹਨਾਂ ਦੇ ਬਾਰੇ ਅਸੀਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਾ ਸਾਹਿਬ ਨੂੰ ਵੀ ਕਿਹਾ ਸੀ, ਉਹਨਾਂ ਨੇ ਐਡੀਸ਼ਨਲ ਚੀਫ ਐਡਮਿਨਿਸਟ੍ਰੇਟਰ ਗਮਾਡਾ ਨੂੰ ਕਿਹਾ ਕਿ ਇਹਦਾ ਕੋਈ ਅਰੇਂਜਮੈਂਟ ਕਰੋ, ਅਤੇ ਉਸ ਤੋਂ ਬਾਅਦ ਮੈਂ ਸੈਸ਼ਨ ਜੱਜ ਸਾਹਿਬ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ, ਲੇਕਿਨ ਅੱਜ ਤੱਕ ਇਸ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਜਿਹੜਾ ਕਿ ਹਾਦਸਿਆਂ ਨੂੰ ਇਹ ਘਟਨਾਵਾਂ ਨੂੰ ਇਹ ਜਿਹੜਾ ਹੈ ਅੰਜਾਮ ਦੇ ਰਿਹਾ ਹੈ। ਮੈਂ ਕਿ ਟੈਂਪਰੇਰੀ ਤੌਰ 'ਤੇ ਗੌਰਮੈਂਟ ਨੂੰ ਜਿਹੜੀ ਇਹ ਨਾਲ ਜਗ੍ਹਾ ਪਈ ਹੈਗੀ ਹੈ, ਉਰੇ ਸ਼ਾਮਲਾ ਜਗ੍ਹਾ ਹੈਗੀ ਹੈ, ਇਹਦੇ ਵਿੱਚ ਇੱਕ ਟੈਂਪਰੇਰੀ ਪਾਰਕ ਬਣਾ ਕੇ ਦੇ ਦੇਣ, ਉਸ ਤੋਂ ਪਹਿਲਾਂ ਕਿ ਸਾਡੀ ਜਿਹੜੀ ਅੰਡਰਗਰਾਊਂਡ ਪਾਰਕਿੰਗ ਬਣਾਈ ਹੈ ਉਹ ਚਾਲੂ ਹੋ ਜਾਏ, ਅਤੇ ਇੱਥੇ ਫਾਰ ਟਾਈਮਿੰਗ ਟੈਂਪਰੇਰੀ ਅਰੇਂਜਮੈਂਟ ਸਰਕਾਰ ਨੂੰ ਇਮੀਡੀਏਟਲੀ ਕਰਨਾ ਚਾਹੀਦਾ ਹੈਗਾ ਤਾਂ ਕਿ ਟ੍ਰੈਫਿਕ ਦਾ ਮਸਲਾ ਹੱਲ ਹੋ ਜਾਏ, ਅਤੇ ਨਾਲ ਹੀ ਇੱਥੇ ਜਿਹੜਾ ਹੈ ਇੰਸੀਡੈਂਟ ਐਕਸੀਡੈਂਟ ਵਗੈਰਾ ਹੋਣ ਤੋਂ ਇਹਨਾਂ ਤੋਂ ਵੀ ਲੋਕਾਂ ਨੂੰ ਪਬਲਿਕ ਨੂੰ ਫਾਇਦਾ ਹੋ ਜਾਵੇ। ਚਲੋ ਮੈਨੂੰ ਪਤਾ ਨਹੀਂ ਹੈ ਉੱਥੇ ਵੀ ਕੋਈ ਸ਼ਾਮਲਾ ਜ਼ਮੀਨ ਪਈ ਵੀ ਹੈ, ਮੇਰਾ ਖਿਆਲ ਆ ਵੀ ਜੇ ਉੱਥੇ ਪਈ ਹੋਵੇ ਜਿੰਨੀ ਦੇਰ ਤੱਕ ਬੇਸਮੈਂਟ ਪਾਰਕਿੰਗ ਨਹੀਂ ਚਾਲੂ ਹੋ ਜਾਂਦੀ ਤਾਂ ਉੱਥੇ ਉਹ ਖੋਲ੍ਹ ਦੇਣੀ ਚਾਹੀਦੀ ਆ, ਜਾਂ ਕੋਈ ਹੋਰ ਬਦਲਵਾਂ ਪ੍ਰਬੰਧ ਕਰਨਾ ਚਾਹੀਦਾ ਅਥਾਰਟੀ ਨੂੰ, ਕਿਉਂਕਿ ਕੋਰਟ ਤੋਂ ਬਦਲ ਕੇ ਜਾ ਚੁੱਕੀ ਹੈ, ਉੱਥੇ ਤਾਂ ਲੋਕਾਂ ਦੀਆਂ ਗੱਡੀਆਂ ਕਿਤੇ ਨਾ ਕਿਤੇ ਖੜਾਉਣੀਆਂ ਨੇ ਜਿਨ੍ਹਾਂ ਨੇ ਬਾਹਰੋਂ ਆਉਣਾ ਹੈ। ਇਸ ਕਰਕੇ ਮੈਨੂੰ ਇਹ ਲੱਗਦਾ ਵੀ ਇਹਨਾਂ ਨੂੰ ਇਹ ਬਕਾਇਦਾ ਤੌਰ 'ਤੇ ਜੇ ਜਗ੍ਹਾ ਖਾਲੀ ਪਈ ਆ ਟੈਂਪਰੇਰੀ ਤੌਰ 'ਤੇ ਤਾਂ ਉਹ ਖੋਲ੍ਹ ਦੇਣੀ ਚਾਹੀਦੀ। ਮੋਹਾਲੀ ਤੋਂ ਕੈਮਰਾਮੈਨ ਸਤਿੰਦਰ ਸਤੀ ਦੇ ਨਾਲ ਜਤਿੰਦਰ ਸੱਭਰਵਾਲ ਦੀ ਰਿਪੋਰਟ, ਚੈਨਲ 2।